सब्सक्राइब करो चढ़दिकला टाइम टीवी नू ते लेटेस्ट अपडेट पाउन लई प्रेस करो बेल आइकन। दोस्तों प्रोग्राम चल रहा है जी टावर मेरे पिंड दी सहेला जो उन्हां दा जख्मी घोड़ा सीगा ਇਥੋਂ ਦਾ ਇਤਿਹਾਸ ਦੱਸਣ ਲਈ ਸਾਡੇ ਨਾਲ ਰਾਗੀ ਸਿੰਘ ਜੀ 72 ਟਰਾਫੀਆਂ ਅਸੀਂ ਜਿੱਤ ਚੁੱਕੇ ਹਾਂ ਜੀ ਵੀ ਤੁਸੀਂ ਪਿੰਡ ਦੇ ਸਰਪੰਚ ਹੋ ਹਾਂਜੀ ਮੈਂ ਤੁਹਾਡੀ ਭੂਆ ਨਹੀਂ ਨੇ ਟਿਕਣ ਦਿੰਦੀ ਮੈਨੂੰ ਸਤਿ ਸ਼੍ਰੀ ਅਕਾਲ ਅਦਾਬ ਸਲਾਮ ਨਮਸਤੇ ਮੈਂ ਜੀ ਗਗਨਦੀਪ ਸਿੰਘ ਤੇ ਚੜ੍ਹਦੀ ਕਲਾ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦਾ ਜੀ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਟਾਵਰ ਮੇਰੇ ਪਿੰਡ ਦੀ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਪਹੁੰਚੇ ਹਾਂ ਦੁਆਬੇ ਏਰੀਏ ਦੇ ਵਿੱਚ। ਪਿੰਡ ਦਾ ਨਾਮ ਹੈ ਜੀ ਜਿੰਦੋਵਾਲ ਤੇ ਪਿੰਡ ਨੂੰ ਮੇਨ ਸ਼ਹਿਰ ਲੱਗਦਾ ਜੀ ਬੰਗਾ। ਦੋਸਤੋ ਅਸੀਂ ਸੁਣਿਆ ਵੀ ਪਿੰਡ ਕਾਫੀ ਇਤਿਹਾਸਿਕ ਹੈ ਤੇ ਪਿੰਡ ਦਾ ਫੁੱਟਬਾਲ ਕਲੱਬ ਵੀ ਬਹੁਤ ਮਸ਼ਹੂਰ ਹੈ ਤੇ ਮੁੰਡੇ ਫੁੱਟਬਾਲ ਵਾਲੇ ਜਿਹੜੇ ਨੇ ਉਹ 70-80 ਇਨਾਮ ਜਿੱਤ ਕੇ ਲੈ ਕੇ ਆਏ ਨੇ ਜੀ ਪਿੰਡ ਦੇ ਵਿੱਚ। ਸੋ ਤੁਹਾਨੂੰ ਫੁੱਟਬਾਲ ਕਲੱਬ ਦੇ ਨਾਲ ਵੀ ਮਿਲਵਾਵਾਂਗੇ ਤੇ ਪਿੰਡ ਦੀਆਂ ਹੋਰ ਖਾਸੀਅਤਾਂ ਜਾਣਾਂਗੇ ਪਿੰਡ ਦੇ ਅੰਦਰ ਚੱਲ ਕੇ। ਪਹਿਲਾਂ ਪਿੰਡ ਦੀ ਟੌਰ ਵੇਖ ਲਈਏ ਜੀ ਆ ਜਾਓ। ਸਾਡੇ ਨਾਲ ਬੈਠੇ ਨੇ ਜੀ ਪਿੰਡ ਦੇ ਪਦਵੰਤ ਸੱਜਣ ਜੋ ਸਾਨੂੰ ਇਸ ਪਿੰਡ ਬਾਰੇ ਤੇ ਪਿੰਡ ਦੇ ਇਤਿਹਾਸ ਬਾਰੇ ਦੱਸਣਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਕਿਰਨਦੀਪ ਸਿੰਘ। ਕਿਰਨਦੀਪ ਸਿੰਘ ਜੀ ਦੱਸੋ ਵੀ ਇਸ ਪਿੰਡ ਦਾ ਕੀ ਇਤਿਹਾਸ ਹੈ ਜੀ? ਮੇਰੀ ਪੀੜ੍ਹੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਬਿਕਰਮੀ 1691 ਦੇ ਵਿੱਚ ਇਸ ਧਰਤੀ 'ਤੇ ਪੈਂਡੇ ਖਾਂ ਨੂੰ ਮਾਰ ਕੇ ਕਰਤਾਰਪੁਰ ਦੀ ਜੰਗ ਜਿੱਤ ਕੇ ਆਏ ਸਨ ਅਤੇ ਉਹਨਾਂ ਨੇ ਜਿਸ ਥਾਂ 'ਤੇ ਗੁਰਦੁਆਰਾ ਚਰਨ ਕਮਲ ਸਾਹਿਬ ਹੈ ਇੱਥੇ ਡੇਰੇ ਲਗਾਏ ਔਰ ਇਸ ਜਗ੍ਹਾ ਦੇ ਉੱਤੇ ਤਕਰੀਬਨ 1 ਮਹੀਨਾ ਰਹੇ। ਸਹੇਲਾ ਜੋ ਉਹਨਾਂ ਦਾ ਜ਼ਖਮੀ ਘੋੜਾ ਸੀਗਾ ਉਹਨਾਂ ਦਾ ਇਲਾਜ ਵੀ ਇੱਥੇ ਕੀਤਾ ਅਤੇ ਉਹਨਾਂ ਨੇ ਹੀ ਇਸ ਪਿੰਡ ਦਾ ਨਾਂ ਜਿਉਣਾ ਜ਼ਿਮੀਂਦਾਰ ਜਿਹੜਾ ਕਿ ਗੁਰੂ ਜੀ ਦਾ ਸੇਵਕ ਸੀਗਾ ਉਹਨਾਂ ਦੇ ਨਾਂ ਦੇ ਉੱਤੇ ਇਸ ਪਿੰਡ ਦਾ ਨਾਂ ਜਿੰਦੋਵਾਲ ਰੱਖਿਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਪਿੰਡ ਦਾ ਨਾਮ ਜਿੰਦੋਵਾਲ ਹੈ ਜੀ। ਅਤੇ ਇਹ ਤਾਂ ਸੀ ਇਤਿਹਾਸ ਦੀ ਗੱਲ ਅਤੇ ਭਾਅ ਜੀ ਹੁਣ ਤੁਸੀਂ ਦੱਸੋ ਬਈ ਜਿੰਦੋਵਾਲ ਦੀ ਐਸੀ ਕੋਈ ਵਿਸ਼ੇਸ਼ ਗੱਲ ਜਿਹੜੀ ਕਿ ਤੁਹਾਨੂੰ ਬਾਕੀ ਪਿੰਡਾਂ ਨਾਲੋਂ ਅਲੱਗ ਕਰਦੀ ਹੈ? ਭਾਅ ਜੀ ਸਾਡੇ ਪਿੰਡ ਦੀ ਵਿਸ਼ੇਸ਼ ਗੱਲ ਇਹ ਸਾਡੇ ਪਿੰਡ ਇੱਕ ਗੁਰਦੁਆਰਾ ਇਤਿਹਾਸਕ ਚਰਨ ਕਮਲ ਸਾਹਿਬ ਜੋ ਚਰਨ ਛੋਹ ਆਪਣੇ ਛੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੀ ਪ੍ਰਾਪਤ ਹੈ ਅਤੇ ਇਹ ਸਾਡੇ ਪਿੰਡ ਦਾ ਇੱਕ ਹੀ ਗੁਰਦੁਆਰਾ ਹੈ। ਸਾਰੇ ਆ ਜਾਤਾਂ ਧਰਮਾਂ ਲੋਕ ਬੜੇ ਪਿਆਰ ਨਾਲ ਆ ਕੇ ਇੱਥੇ ਨਤਮਸਤਕ ਹੁੰਦੇ ਆ ਅਤੇ ਸਭ ਤੋਂ ਵੱਡੀ ਗੱਲ ਹੈ ਸ਼ਮਸ਼ਾਨ ਘਾਟ ਵੀ ਸਾਡੇ ਪਿੰਡ ਦਾ ਇੱਕ ਹੀ ਹੈ। ਠੀਕ ਹੈ ਜੀ, ਮਤਲਬ ਗੁਰਦੁਆਰਾ ਅਤੇ ਸ਼ਮਸ਼ਾਨ ਘਾਟ ਇੱਕ ਹੀ ਨੇ, ਮਤਲਬ ਕੋਈ ਜਾਤ ਪਾਤ ਦਾ ਰੌਲਾ ਨਹੀਂ ਹੈਗਾ? ਕੋਈ ਭਾਈ ਸਾਰੇ ਮਾਝਾ ਦੇ ਧਰਮਾਂ ਲੋਕ ਬੜੇ ਪਿਆਰ ਨਾਲ ਰਹਿੰਦੇ ਆ, ਕੋਈ ਫਰਕ ਨਹੀਂ ਜਾਤ ਪਾਤ ਦਾ, ਕੋਈ ਊਚ ਨੀਚ ਦਾ ਫਰਕ ਨਹੀਂ ਹੈਗਾ ਸਾਡੇ। ਨਹੀਂ ਤੇ ਆਪਾਂ ਆਮ ਤੌਰ ਤੇ ਦੇਖਦੇ ਹਾਂ ਪਿੰਡਾਂ ਵਿੱਚ 2-3 ਗੁਰਦੁਆਰੇ ਬਣਾਏ ਹੁੰਦੇ ਨੇ। ਨਹੀਂ ਨਹੀਂ ਸਾਡੇ ਲੋਕੀ ਤਾਂ ਹੁਣ ਗੱਲ ਕਰਨ ਲੱਗੇ ਵੀ ਇੱਕ ਗੁਰਦੁਆਰਾ ਚਾਹੀਦਾ, ਸਾਡੇ ਤਾਂ ਪਹਿਲਾਂ ਤੁਸੀਂ ਇਤਿਹਾਸਕ ਗੁਰਦੁਆਰਾ ਚਾਹੁੰਦੇ ਹੋ ਇੱਕ ਹੀ ਗੁਰਦੁਆਰਾ ਆ। ਬਹੁਤ ਚੰਗੀ ਗੱਲ ਹੈ ਭਾਅ ਜੀ ਵੀ ਇਹ ਪਿੰਡ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਰਹਿਣ ਦਾ ਸੰਦੇਸ਼ ਦਿੰਦਾ ਜੀ। ਤੇ ਭਾਅ ਜੀ ਹੁਣ ਤੁਸੀਂ ਆਪਣੇ ਪਿੰਡ ਦੀਆਂ ਕੁਝ ਖਾਸ ਥਾਵਾਂ ਬਾਰੇ ਦੱਸੋ। ਖਾਸ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਹੈਗਾ ਜੀ ਸਾਡੇ ਪਿੰਡ ਗੁਰਦੁਆਰਾ ਚਰਨ ਕਮਲ ਸਾਹਿਬ 6ਵੇਂ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਉਹ ਪਿੰਡ ਦੇ ਵਿੱਚ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ ਜਿੱਥੋਂ ਵਿਦੇਸ਼ਾਂ ਤੋਂ ਵੀ ਦੂਰ ਦੁਰਾਡੇ ਤੋਂ ਸੰਗਤਾਂ ਦਰਸ਼ਨ ਕਰਨ ਨੂੰ ਆਉਂਦੀਆਂ ਨੇ। ਮੈਂ ਤਾਂ ਤੁਹਾਨੂੰ ਵੀ ਬੇਨਤੀ ਕਰਾਂਗਾ ਤੁਸੀਂ ਵੀ ਉੱਥੇ ਜ਼ਰੂਰ ਦਰਸ਼ਨ ਕਰਕੇ ਜਾਇਓ। ਅਤੇ ਦੂਸਰਾ ਹੈ ਸਾਡੇ ਪਿੰਡ ਦੀ ਫੁੱਟਬਾਲ ਦੀ ਟੀਮ ਹੈ ਜੋ ਬਹੁਤ ਵਧੀਆ ਹੈ ਔਰ ਸਾਡਾ ਕਲੱਬ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਜਿੰਦੋਵਾਲ ਜੋ ਕਿ ਰਜਿਸਟਰਡ ਹੈ ਉੱਥੇ ਤੁਸੀਂ ਜ਼ਰੂਰ ਗੇੜਾ ਮਾਰਿਓ। ਅਤੇ ਉਸ ਤੋਂ ਇਲਾਵਾ ਬੇਰੁਜ਼ਗਾਰਾਂ ਦੇ ਵਾਸਤੇ ਇੱਕ ਤਕਰੀਬਨ 20-25 ਸਾਲ ਤੋਂ ਫੈਕਟਰੀ ਚੱਲ ਰਹੀ ਹੈ ਜੋ ਕਿ ਨੌਰਥ ਇੰਡੀਆ ਦੀ ਪਹਿਲੀ ਫੈਕਟਰੀ ਸੀਗੀ ਜਿਸ ਨੂੰ ਜੋ ਕਿ ਪਲਾਸਟਿਕ ਦਾ ਰੱਸਾ ਬਣਾਉਂਦੀ ਹੈ ਉਹ ਸਾਡੇ ਪਿੰਡ ਦੀ ਬਹੁਤ ਵੱਡੀ ਉਪਲਬਧੀ ਹੈ। ਠੀਕ ਹੈ ਜੀ, ਸੋ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਇਸ ਪਿੰਡ ਬਾਰੇ ਤੇ ਇਸ ਪਿੰਡ ਦੇ ਇਤਿਹਾਸ ਬਾਰੇ ਦੱਸਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਆਉਣ ਲਈ ਤੇ ਬਹੁਤ ਧੰਨਵਾਦ ਜੀ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਮ ਮੰਦੇ। ਸੋ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਅੰਦਰ, ਆ ਜਾਓ ਦਰਸ਼ਨ ਕਰਦੇ ਹਾਂ ਜੀ। ਚਰਨਾਂ ਦੀ ਤੇਰੇ ਤੂਲ ਬਰਾਬਰ ਮੈਂ ਗਲਤੀ ਤੇ ਤੂੰ ਮਾਫੀ ਸੱਚੇ ਕਰਮ ਤੇ ਮੁੱਲ ਮੇ
ਮਿਹਨਤ ਦਾ ਬਸ ਇੰਨਾ ਦੇ ਦੀਨ ਕਾਫੀ ਹੱਕ ਪਰਾਇਆ ਖੂਆ ਨਾ ਕਦੇ ਆਪਣਾ ਹੋ ਨਿਰਵੈਰ ਲਵਾਂ ਹਏ ਮੇਰ ਤੇਰੀ ਜੇ ਹੋ ਜੇ ਦਾਤਾ ਤੇ ਮੈਂ ਪਵ ਸਾਗਰ ਵੀ ਤੈਰ ਲਵਾਂ ਸ਼ੁਕਰਾਨਾ ਹੁਣ ਦਮੀ ਕਦੇ ਸਦਾ ਔਕਾਤ ਚ ਰੱਖੀ ਜ਼ਿਕਰ ਤੇਰੇ ਸ਼ੁਕਰਾਨੇ ਦਾ ਮੇਰੀ ਹਰ ਇੱਕ ਬਾਤ ਚ ਰੱਖੀ ਫਲ ਮਿਹਨਤ ਦਾ ਚੋਲੀ ਪਾ ਦੀ ਮੇਰੇ ਖਾਣ ਨੂੰ ਤੂੰ ਹੀ ਤੂੰ ਦਾਤਾ ਤੂੰ ਮੇਰਾ ਸਭ ਕੁਝ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਕਰ ਚੁੱਕੇ ਹਾਂ ਜੀ ਤੇ ਇੱਥੋਂ ਦਾ ਇਤਿਹਾਸ ਦੱਸਣ ਲਈ ਸਾਡੇ ਨਾਲ ਰਾਗੀ ਸਿੰਘ ਜੀ ਤੇ ਹੋਰ ਪਤਵੰਤ ਤੇ ਸੱਜਣ ਮੌਜੂਦ ਨੇ ਸੋ ਆ ਜਾਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਾਵਨ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਸੁਸ਼ੋਭਿਤ ਹੈ ਜੋ ਕਿ ਨਗਰ ਜਿੰਦੋਵਾਲ ਜਲੰਧਰ ਤੋਂ ਚੰਡੀਗੜ੍ਹ ਰੋਡ 'ਤੇ ਸਥਾਪਿਤ ਹੈ 1691 ਈਸਵੀ ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਤਾਰਪੁਰ ਦੀ ਜੰਗ ਦੇ ਵਿੱਚ ਪਹਿੰਦੇ ਖਾਂ ਨੂੰ ਮਾਰ ਕਰਕੇ ਉਸ ਤੋਂ ਉਪਰੰਤ 20 ਹਾੜ ਨੂੰ ਸੋਤਰਾਂ ਅਤੇ 21 ਹਾੜ ਨੂੰ ਇਸ ਪਾਵਨ ਸਥਾਨ 'ਤੇ ਚਰਨ ਪਾਏ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਹਰਰਾਏ ਸਾਹਿਬ ਜੀ ਬਾਲ ਅਵਸਥਾ ਵਿੱਚ ਨਾਲ ਆਏ ਅਤੇ ਇਸ ਸਥਾਨ 'ਤੇ ਆਉਣ ਕਰਕੇ ਉਹਨਾਂ ਨੇ ਤਕਰੀਬਨ 40 ਦਿਨ ਆਪਣਾ ਪੜਾਅ ਕੀਤਾ ਜਿਸ ਦੇ ਤਹਿਤ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਰਹਿੰਦੇ ਰਹੇ ਨਗਰ ਜਿੰਦੋਵਾਲ ਦਾ ਇੱਕ ਵਿਅਕਤੀ ਜੋ ਕਿ ਇਸ ਪਾਵਨ ਸਥਾਨ ਦੇ ਨੇੜੇ ਤੇੜੇ ਇੱਥੇ ਆਪਣੇ ਮੱਝਾਂ ਚਾਰ ਰਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਤੋਂ ਦੁੱਧ ਦੀ ਮੰਗ ਕੀਤੀ ਕਿ ਭਾਈ ਸਾਨੂੰ ਦੁੱਧ ਛਕਣ ਵਾਸਤੇ ਚਾਹੀਦਾ ਹੈ ਪਰ ਉਸ ਜ਼ਿਮੀਂਦਾਰ ਦੇ ਪਾਸ ਜੋ ਮੱਝਾਂ ਸਨ ਉਹ ਸਾਰੀਆਂ ਹੀ ਅਵਸਰ ਝੋਟੀਆਂ ਸਨ ਜੋ ਕਿ ਕੋਈ ਵੀ ਦੁੱਧ ਨਹੀਂ ਸੀ ਦਿੰਦੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਲ ਦਾ ਗੜਵਾ ਦੇ ਕਰਕੇ ਉਹਨਾਂ ਨੂੰ ਆਖਿਆ ਕਿ ਭਾਈ ਆ ਲਓ ਜਲ ਅਤੇ ਛਿੱਟੇ ਮਾਰ ਕਰਕੇ ਤੁਸੀਂ ਦੁੱਧ ਚੋ ਕਰਕੇ ਲਿਆਓ ਜਲ ਦਾ ਛਿੱਟਾ ਦੇ ਕਰਕੇ ਦੁੱਧ ਚੋਣਾ ਕੀਤਾ ਉਹਨਾਂ ਨੇ ਦੁੱਧ ਦਿੱਤਾ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛਕਾਉਣਾ ਕੀਤਾ ਉਸ ਸਮੇਂ ਤੋਂ ਬਾਅਦ ਹੀ ਇਸ ਪਾਵਨ ਸਥਾਨ 'ਤੇ ਨਗਰ ਜਿੰਦੋਵਾਲ ਦੀ ਜਿੰਨੀਆਂ ਵੀ ਸੰਗਤਾਂ ਹਨ ਸਾਰਿਆਂ ਦਾ ਅਟੁੱਟ ਵਿਸ਼ਵਾਸ ਸਾਰਿਆਂ ਦੀ ਅਟੁੱਟ ਸ਼ਰਧਾ ਇੱਥੇ ਵਰਤਦੀ ਹੈ ਅਤੇ ਸਾਰਿਆਂ ਦਾ ਇੱਥੇ ਅਟੁੱਟ ਵਿਸ਼ਵਾਸ ਹੈ 21 ਹਾੜ ਨੂੰ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਦੇ ਵਿੱਚ ਜੋ ਬਹੁਤ ਭਾਰੀ ਜੋੜ ਮੇਲਾ ਲੱਗਦਾ ਹੈ ਨਗਰ ਦੀਆਂ ਸੰਗਤਾਂ ਹੀ ਆਪ ਸਾਰਾ ਪ੍ਰਬੰਧ ਕਰਕੇ ਦੇਸ਼ ਵਿਦੇਸ਼ ਵਿੱਚ ਜਿਹੜੀਆਂ ਵੀ ਪਿੰਡ ਦੀਆਂ ਸੰਗਤਾਂ ਗਈਆਂ ਹਨ ਉਹ ਸਾਰੀਆਂ ਹੀ ਇੱਥੇ ਆਪੋ ਆਪਣਾ ਦਸਵੰਧ ਕੱਢ ਕੇ ਭੇਜ ਕਰਕੇ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੇ ਪਿਆਰ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ ਮਤਲਬ ਕਿ ਪਿੰਡ ਵਾਲੇ ਸਾਰੇ ਆਪ ਹੀ ਉਪਰਾਲਾ ਕਰ ਲੈਂਦੇ ਨੇ ਬਿਲਕੁਲ ਜੀ ਪਿੰਡ ਬਾਬਾ ਜੀ ਇਸ ਤੋਂ ਇਲਾਵਾ ਇੱਥੇ ਹੋਰ ਕਿਹੜੇ ਕਿਹੜੇ ਦਿਹਾੜੇ ਮਨਾਏ ਜਾਂਦੇ ਨੇ ਇੱਥੇ 6ਵੇਂ ਪਾਤਸ਼ਾਹ ਜੀ ਦੀ ਬੰਦੀ ਛੋੜ ਦਿਵਸ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰਾ ਹੀ ਇਲਾਕਾ ਬਹੁਤ ਪਿਆਰ ਸਤਿਕਾਰ ਸਹਿਤ ਇੱਥੇ ਆਉਣ ਕਰਕੇ 6ਵੇਂ ਪਾਤਸ਼ਾਹ ਜੀ ਦੀ ਬੰਦੀ ਛੋੜ ਨੂੰ ਸਮਰਪਿਤ ਹੁੰਦਾ ਹੈ ਅਤੇ ਵਿਸਾਖੀ ਦਾ ਜੋ ਦਿਹਾੜਾ ਹੈ ਉਹ ਵੀ ਇੱਥੇ ਬਹੁਤ ਭਾਰੀ ਮਾਤਰਾ ਦੇ ਵਿੱਚ ਲੱਗਦਾ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਹੀ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ ਅਤੇ ਸੰਗਰਾਂਦ ਦਾ ਦਿਹਾੜਾ ਹਰ ਮਹੀਨੇ ਇੱਥੇ ਮਨਾਇਆ ਜਾਂਦਾ ਹੈ ਅਤੇ ਮਾਘੀ ਦਾ ਜੋ ਮੇਲਾ ਹੈ ਉਹ ਵੀ ਪਿੰਡ ਨਗਰ ਜਿੰਦੋਵਾਲ ਵੱਲੋਂ ਬੜੇ ਪਿਆਰ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ ਬਹੁਤ ਚੰਗਾ ਲੱਗਿਆ ਬਾਬਾ ਜੀ ਸੁਣ ਕੇ ਵੀ ਤੁਸੀਂ ਆਪ ਹੀ ਰਲ ਮਿਲ ਕੇ ਸਾਰਾ ਕੁਛ ਕਰਦੇ ਹੋ ਸੋ ਗੁਰਦੁਆਰੇ ਦਾ ਇਤਿਹਾਸ ਦੱਸਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਓ ਵੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਜਿੰਦੋਵਾਲ ਦੇ ਫੁੱਟਬਾਲ ਗਰਾਊਂਡ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਸਾਬਕਾ ਪਲੇਅਰ ਅਤੇ ਮੌਜੂਦਾ ਪਲੇਅਰ ਵੀ ਖੜੇ ਨੇ ਜੀ ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਬਸ ਕਾਇਮ ਆ ਜੀ ਮੈਂ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਜੀ ਬਿਲਕੁਲ ਵਧੀਆ ਜੀ ਤੇ ਕਿਵੇਂ ਚੱਲਦੀ ਹੈ ਜੀ ਗੇਮ ਫਿਰ ਭਾਜੀ ਬਹੁਤ ਵਧੀਆ ਜੀ ਦੋ ਟਾਈਮ ਪੀਰੀਅਡਸ ਚੱਲ ਰਹੀ ਹੈ ਜੀ ਅੱਛਾ ਜੀ
ਸੀਨੀਅਰ ਤੇ ਜੂਨੀਅਰ ਵਰਗ ਦੀ। ਠੀਕ ਹੈ ਜੀ। ਹਾਂਜੀ, ਸਵੇਰੇ ਅਤੇ ਸ਼ਾਮ ਦੋ ਟਾਈਮ ਪ੍ਰੈਕਟਿਸ ਚੱਲ ਰਹੀ ਹੈ ਇਸ ਗਰਾਊਂਡ ਦੇ ਵਿੱਚ, ਤੁਸੀਂ ਦੇਖ ਹੀ ਰਹੋ ਗਰਾਊਂਡ ਸਾਡੀ। ਗਰਾਊਂਡ ਵੈਸੇ ਗਿੱਲਾ ਪਿਆ ਅੱਜ, ਹੈ ਨਾ? ਹਾਂਜੀ ਸਰ, ਸੈਚਰਡੇ ਸੰਡੇ ਆਫ ਪਾਣੀ ਲਗਾ ਦੀ ਦਾ ਗਰਾਊਂਡ ਦੇ ਵਿੱਚ, ਇਹਦੀ ਕੇਅਰ ਕਰੀ ਦੀ ਹੈ ਪੂਰੀ ਜੀ। ਵੀਰੇ, ਅਸੀਂ ਨਾ ਤੁਹਾਡੇ ਕਲੱਬ ਦਾ ਨਾਮ ਬਹੁਤ ਸੁਣਿਆ, ਅਤੇ ਹੁਣ ਤੁਸੀਂ ਦੱਸੋ ਵੀ ਤੁਹਾਡੀਆਂ ਕਿੰਨੀਆਂ ਕੁ ਅਚੀਵਮੈਂਟਸ ਨੇ? ਸਰ, ਸਾਡੇ ਕਲੱਬ ਦੀਆਂ ਜੋ ਸੀਨੀਅਰ ਅਤੇ ਜੂਨੀਅਰ ਵਰਗ ਦੇ ਵਿੱਚ ਜੀ, 2011-12 ਤੋਂ ਲੈ ਕੇ ਜੀ ਹੁਣ ਤੱਕ ਦੀਆਂ, ਜੋ ਜਦੋਂ ਤੋਂ ਅਸੀਂ ਸੀਨੀਅਰ ਜਿਹੜੇ ਮੌਜੂਦਾ ਇੱਥੇ ਖੜ੍ਹੇ ਨੇ ਜੀ, ਸਾਬਕਾ ਵੀ ਨੇ ਵਿੱਚ ਸਾਡੇ ਨਾਲ ਪਲੇਅਰ ਖੜ੍ਹੇ, ਅਤੇ ਹੁਣ ਤਾਂ ਜੂਨੀਅਰ ਪਲੇਅਰ ਵੀ ਵਿੱਚ ਖੜ੍ਹੇ ਨੇ ਜੀ, ਹੁਣ ਤੱਕ ਦੀਆਂ ਸਾਡੀਆਂ ਅਚੀਵਮੈਂਟ 70-75 ਟਰੋਫੀਆਂ ਅਸੀਂ ਜਿੱਤ ਚੁੱਕੇ ਹਾਂ ਜੀ। ਠੀਕ ਹੈ। ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੋਭਿਤਾ ਨੇ ਜੀ, ਜਿਹੜੀਆਂ ਕਰੰਟ ਟਰੋਫੀਆਂ ਆਉਂਦੀਆਂ ਨੇ ਤੁਸੀਂ ਦੇਖੀਆਂ ਦਰਬਾਰ ਸਾਹਿਬ ਦੇ ਵਿੱਚ ਪਈਆਂ ਨੇ, ਅਤੇ ਬਾਕੀ ਟਰੋਫੀਜ਼ ਸਾਰੀਆਂ ਉੱਪਰ ਇੱਕ ਰੂਮ ਦੇ ਵਿੱਚ। ਇਹ ਬਹੁਤ ਚੰਗੀ ਗੱਲ ਲੱਗੀ ਮੈਨੂੰ ਵੀ ਤੁਸੀਂ ਆਪਣੀਆਂ ਟਰੋਫੀਜ਼ ਮਹਾਰਾਜ ਦੀ ਹਜ਼ੂਰੀ ਵਿੱਚ ਰੱਖਦੇ ਹੋ, ਕਿਉਂਕਿ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਸਭ ਕੁਝ ਹੋਇਆ ਜੋ ਕੁਛ। ਬਿਲਕੁਲ ਭਾਜੀ, ਮਹਾਰਾਜ ਦੀ ਕਿਰਪਾ ਤਾਂ ਬਿਨਾਂ ਕੁਛ ਵੀ ਨਹੀਂ, ਅਸੀਂ ਉਹਨਾਂ ਦਾ ਓਟ ਆਸਰਾ ਲੈ ਕੇ ਹੀ ਹਰ ਵੇਲੇ ਜਿੱਥੇ ਵੀ ਜਾਂਦੇ ਹਾਂ ਟੂਰਨਾਮੈਂਟ ਖੇਡਣ ਵਾਸਤੇ ਜਾਂਦੇ ਹਾਂ ਜੀ। ਅਤੇ ਭਾਜੀ, ਆਪਣਾ ਕੋਈ ਪਲੇਅਰ ਮਤਲਬ ਬਾਹਰ ਵੀ ਗਿਆ ਖੇਡਣ ਕਦੇ? ਹਾਂਜੀ ਭਾਜੀ, ਸਾਡੇ ਪਿੰਡ ਦੇ ਜੀ ਹੁਣ ਤੱਕ ਜੀ ਸੀਨੀਅਰ ਵਰਗ ਦੇ ਵਿੱਚ ਜੋ ਸਾਬਕਾ ਪਲੇਅਰ ਰਹੇ ਨੇ ਜੀ, ਪਾਖਰ ਸਿੰਘ BSF ਦੇ ਵਿੱਚ ਜੀ, ਹਾਂਜੀ, ਤਰਲੋਚਨ ਸਿੰਘ PT ਸਾਡੇ ਵਿੱਚ ਵਿਚਕਾਰ ਮੌਜੂਦ ਨੇ ਜੀ। ਠੀਕ ਹੈ ਜੀ। ਗੁਰਪਾਲ ਸਿੰਘ AU ਜੀ, ਤਰਸੇਮ ਸਿੰਘ ਸਾਹਿਬ ਸੇਮੀ ਦੇ ਨਾਂ ਨਾਲ ਮਸ਼ਹੂਰ ਸੀਗੇ ਜੀ, ਉਹ ਇਸ ਵੇਲੇ ਸਾਡੇ ਵਿਚਕਾਰ ਨਹੀਂ ਹੈਗੇ ਜੀ। ਠੀਕ ਹੈ ਜੀ। ਤੇ ਹੋਰ ਵੀ ਸਾਡੇ ਸੀਨੀਅਰ ਪਲੇਅਰ ਕਾਫੀ ਨਾਮੀ, ਸਾਡੇ ਕਾਫੀ ਪਿੰਡ ਦੇ ਕਾਫੀ ਪਲੇਅਰ ਮਤਲਬ ਬਾਹਰ ਵੀ ਖੇਡਣ ਗਏ ਨੇ। ਸਾਡੇ ਪਿੰਡ ਦੇ 2-3 ਪਲੇਅਰ ਹੈਗੇ ਨੇ ਜੀ, ਜਿਹੜੇ ਇੱਕ ਪਲੇਅਰ ਤਾਂ ਇੰਟਰਨੈਸ਼ਨਲ ਟੂਰ ਲਗਾ ਕੇ ਆਇਆ ਜੀ, ਦੀਪਕ ਹੁਣ ਮੌਜੂਦਾ ਈਸਟ ਬੰਗਾਲ ਕਲੱਬ ਦੇ ਵਿੱਚ ਕਲਕੱਤੇ ਦੇ ਵਿੱਚ ਖੇਡ ਰਿਹਾ ਜੀ, ਤੇ ਦੂਸਰਾ ਜੂਨੀਅਰ ਦੀਪਕ ਉਹ ਕੇਰਲਾ ਦੇ ਵਿੱਚ ਕਲੱਬ ਦੇ ਵਿੱਚ ਖੇਡ ਲਿਆ ਜੀ। ਬਹੁਤ ਚੰਗੀ ਗੱਲ ਹੈ ਭਾਜੀ। ਤੇ ਕੋਚਿੰਗ ਕੌਣ ਦਿੰਦਾ ਇੱਥੇ? ਸਰ, ਸਾਡੇ ਸੀਨੀਅਰ ਪਲੇਅਰ ਵੀ ਹੈਗੇ ਨੇ, ਸਾਬਕਾ ਪਲੇਅਰ ਵੀ ਸਾਡੇ ਵਿਚਕਾਰ ਖੜ੍ਹੇ ਹੋਏ ਨੇ, ਕਮਲਜੀਤ ਭਾਜੀ, ਅਮਰੀਕ ਸਿੰਘ ਲੰਬੜਦਾਰ ਜੀ, ਹੋਰ ਵੀ ਸਾਡੇ ਸੀਨੀਅਰ ਇੱਥੇ ਮੌਜੂਦ ਨੇ ਵਿੱਚ ਸਾਡੇ, ਇਹਨਾਂ ਦਾ ਓਟ ਆਸਰਾ ਲੈ ਕੇ ਅਸੀਂ ਟ੍ਰੇਨਿੰਗ ਲੈਣੀ। ਸਾਰੇ ਜਿਹੜੇ ਪਲੇਅਰ ਇੱਥੇ ਖੇਡ ਚੁੱਕੇ ਇਸ ਗਰਾਊਂਡ ਦੇ ਵਿੱਚ, ਉਹੀ ਛੋਟੇ ਪਲੇਅਰਾਂ ਨੂੰ ਸਿਖਲਾਈ ਦਿੰਦੇ ਨੇ ਇੱਥੇ। ਬਿਲਕੁਲ ਸਰ ਜੀ। ਹੁਣ ਆਪਾਂ ਭਾਜੀ ਨਾਲ ਗੱਲ ਕਰਦੇ ਹਾਂ ਵੀ ਭਾਜੀ ਤੋਂ ਪੁੱਛਦੇ ਹਾਂ ਵੀ ਭਾਜੀ ਕਦੋਂ ਖੇਡਦੇ ਰਹੇ ਨੇ, ਕਿਸ ਟਾਈਮ ਖੇਡਦੇ ਰਹੇ ਨੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਤੇ ਵੀਰ ਜੀ, ਤੁਸੀਂ ਵੀ ਮਤਲਬ ਕਿਹੜੇ ਟਾਈਮ ਖੇਡਦੇ ਰਹੇ ਹੋ ਇੱਥੇ? ਭਾਜੀ, ਮੈਂ ਪਿਛਲੇ 7 ਸਾਲਾਂ ਤੋਂ ਖੇਡਦਾ, ਬੜੀਆਂ ਟਰੋਫੀਆਂ ਅਸੀਂ ਜਿੱਤੀਆਂ। ਹਾਂਜੀ ਹਾਂਜੀ, ਮਤਲਬ ਪੁਰਾਣੀਆਂ ਯਾਦਾਂ ਹਾਲੇ ਵੀ ਤਾਜ਼ੀਆਂ ਨੇ। ਹਾਂਜੀ ਹਾਂਜੀ ਭਾਜੀ। ਅੱਜ ਕੱਲ੍ਹ ਨਹੀਂ ਖੇਡਦੇ ਵੀਰੇ? ਅੱਜ ਕੱਲ੍ਹ ਵੀ ਖੇਡ ਲਈਦਾ ਭਾਜੀ, ਪਰ ਥੋੜ੍ਹਾ ਢਿੱਡ ਕੱਢ ਲੈਣ ਨਾਲ। ਹਾਂਜੀ ਹਾਂਜੀ। ਤੇ ਭਾਜੀ, ਆਪਣੇ ਟਾਈਮ ਤੇ ਮਤਲਬ ਕਿੱਦਾਂ ਤੁਸੀਂ ਗੋਲ ਗੋਲ ਕਰਦੇ ਹੁੰਦੇ ਸੀ ਫਿਰ? ਹਾਂਜੀ 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 ਭਾਜੀ, ਰੋਂਡੀ ਰੋਂਡੀ ਵੀ ਪਿੱਟ ਲੈਂਦੀ ਮਾੜੀ ਮੋਟੀ? ਪੂਰੀ ਭਾਜੀ ਪੂਰੀ। ਕੋਈ ਗੇਮ ਇਹੋ ਜਿਹੀ ਆਪਣੇ ਚੱਲਦੀ ਨਹੀਂ ਨਾ ਪਿੰਡਾਂ 'ਚ ਜਿੱਥੇ ਰੋਂਡੀ ਨਾ ਪਿੱਟੀ ਜਾਵੇ। ਹਾਂਜੀ ਹਾਂਜੀ ਭਾਜੀ, ਇਹ ਤਾਂ। ਸੋ ਇਹ ਸੀ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ, ਮੌਜੂਦਾ ਤੇ ਸਾਬਕਾ ਪਲੇਅਰਾਂ ਨਾਲ ਅਸੀਂ ਇੱਥੇ ਗੱਲਬਾਤ ਕੀਤੀ, ਤੇ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਸੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਲੇਡੀ 7 ਦੇ ਵਿੱਚ, ਆ ਜਾਓ ਗੱਲਾਂ ਬਾਤਾਂ ਦਾ ਦੌਰ ਸਟਾਰਟ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਹਾਂਜੀ ਹਾਂਜੀ, ਬਹੁਤ ਵਧੀਆ ਜੀ। ਤੇ ਸਾਨੂੰ ਪਤਾ ਲੱਗਿਆ ਵੀ ਤੁਸੀਂ ਇਸ ਪਿੰਡ ਦੇ ਸਰਪੰਚ ਹੋ। ਹਾਂਜੀ। ਕੀ ਨਾਮ ਹੈ ਜੀ ਆਪਣਾ? ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ, ਹਾਂਜੀ। ਦੱਸੋ ਫਿਰ ਕਿੱਦਾਂ ਫੈਸਲੇ ਲਏ ਜਾਂਦੇ ਆ, ਡੰਡੇ ਦੇ ਸਿਰ ਤੇ ਕਿ ਪਿਆਰ ਨਾਲ? ਪਿਆਰ ਨਾਲ ਲਈਦੇ ਜੀ, ਡੰਡੇ ਨਾਲ ਹੀ ਲਈਦੇ ਅਸੀਂ। ਠੀਕ ਹੈ ਜੀ। ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਸ ਕੰਮ ਦੇ ਵਿੱਚ? ਮੈਨੂੰ 2.5 ਸਾਲ ਹੋ ਗਿਆ ਜੀ। ਤੇ ਕਿਸੇ ਵੱਲੋਂ ਕੋਈ ਲਾਂਭਾ ਆਇਆ ਹੋਵੇ ਜਾਂ ਕਿੱਦਾਂ? ਉਹ ਤਾਂ ਆਉਂਦੇ ਰਹਿੰਦੇ, ਮਾੜੇ ਮੋਟੇ ਤਾਂ ਚੱਲਦੀਆਂ ਰਹਿੰਦੀਆਂ ਜੀ ਪਿੰਡ 'ਚ। ਪਰ ਤੁਸੀਂ ਪਿਆਰ ਨਾਲ ਸਾਰੇ ਮਸਲੇ ਹੱਲ ਕਰਦੇ ਰਹਿੰਦੇ? ਹਾਂਜੀ ਹਾਂਜੀ। ਤੇ ਸਰਪੰਚ ਸਾਹਿਬ, ਤੁਸੀਂ ਸੂਟ ਬਹੁਤ ਸੋਹਣਾ ਪਾਇਆ ਅੱਜ। ਹਾਂਜੀ, ਸੂਟਾਂ ਦੀ ਤਾਂ ਪਹਿਲਾਂ ਬੁੜੀਆਂ ਦੀ ਜੀ ਗੱਲ। ਠੀਕ ਹੈ ਜੀ। ਤੇ ਫਿਰ ਕਿੱਦਾਂ ਮਤਲਬ ਕਿੱਥੋਂ ਲੈਂਦੇ ਹੋ ਸੂਟ ਤੁਸੀਂ ਜ਼ਿਆਦਾਤਰ? ਅਸੀਂ ਪਿੰਡ 'ਚ ਆਉਂਦੇ ਹਾਂ ਜੀ, ਸਕੂਟਰੀ ਵਾਲੇ ਆਉਂਦੇ ਆ, ਸਾਈਕਲਾਂ ਵਾਲੇ ਆਉਂਦੇ ਆ ਜੀ, ਉਹਨਾਂ ਕੋਲੋਂ ਲੈ ਲੈਂਦੇ ਆ ਜੀ। ਮਤਲਬ ਫਿਰ ਉਹ ਜਾਣ ਜਾਣ ਕੇ ਤੁਹਾਡੇ ਘਰ ਦੇ ਕੋਲ ਰੁਕ ਰੁਕ ਕੇ ਜਾਂਦੇ ਹੋਣਗੇ? ਘਰੇ ਹੀ ਖੋਦ ਆਉਂਦੇ ਆ ਜੀ ਉਹ। ਅੱਛਾ, ਘਰ ਦੇ ਅੰਦਰ ਆ? ਹਾਂਜੀ ਹਾਂਜੀ। ਪਤਾ ਵੀ ਬੀਬੀ ਨੇ ਇੱਕ ਤਾਂ ਲੈ ਹੀ ਲੈਣਾ। ਹਾਂਜੀ ਹਾਂਜੀ, ਲੈ ਲੈਂਦੇ ਆ ਜੀ। ਰੋਜੀ ਰੋਟੀ ਮੈਨੂੰ ਲੱਗਦਾ ਤੁਹਾਡੇ ਕੋਲੋਂ ਜ਼ਿਆਦਾ ਚੱਲਦੀ ਆ ਉਹਨਾਂ ਦੀ। ਹਾਂਜੀ ਹਾਂਜੀ। ਤੇ ਸੂਟਾਂ ਦੀ ਗੱਲ ਚੱਲ ਰਹੀ ਹੈ, ਫਿਰ ਹੁਣ ਸਾਨੂੰ ਇਹ ਦੱਸੋ ਵੀ ਤੁਸੀਂ ਕਿੰਨੀ ਕੁ ਦੇਰ ਬਾਅਦ ਸੂਟ ਸਵਾ ਲੈਂਦੇ? ਅਸੀਂ ਮਹੀਨਾ ਵੀ ਬਾਅਦ ਵੀ ਸਵਾ ਲਈਦਾ, ਹਫ਼ਤੇ ਬਾਅਦ ਵੀ ਸਵਾ ਲਈਦਾ ਜੀ। ਮਤਲਬ ਆਪਣੀ ਘਰ ਦਾ ਹੀ ਰਾਜ ਹੈ? ਘਰ ਦਾ ਹੀ ਰਾਜ ਹੈ ਜੀ। ਸਾਡੇ ਵਰਗਾ ਤਾਂ ਮੈਂ ਕਹਿੰਦਾ, ਅਸੀਂ ਤਾਂ 6 ਮਹੀਨੇ ਬਾਅਦ ਇੱਕ ਸਵਾਈਦਾ, 2 ਸਾਲ ਉਹੀ ਪਾਈਦਾ। ਇਹਦੇ ਬਦਲਦੇ ਰਹਿੰਦੇ ਜੀ, ਬੰਦਿਆਂ ਦੀ ਤਾਂ ਉਹੀ ਵਰਦੀ ਹੈ ਜੀ, ਪੈਂਟ ਕਮੀਜ਼ ਹੀ। ਬਿਲਕੁਲ ਜੀ ਬਿਲਕੁਲ। ਤੇ ਹੋਰ ਦੱਸੋ ਵੀ ਸੂਟ ਲੈਣ ਲੱਗਿਆ ਫਿਰ ਬਾਰਗੇਨਿੰਗ ਕਰਦੇ ਹੋ ਉਹਨਾਂ ਨਾਲ? ਹਾਂਜੀ, ਸਾਰਿਆਂ ਨੂੰ ਇਕੱਠੇ ਕਰੀ ਬਹਿਸ ਕਰੀ ਦੀ ਹੈ। ਕੁੜੀਆਂ ਜਾਂ ਲੇਡੀਜ਼ ਪਛਾਣੀਆਂ ਜਾਂਦੀਆਂ ਨੇ ਵੀ ਰੇਟ ਘਟਾਉਣ ਦੇ ਗੱਲ ਤੇ? ਘਟਾਈਦਾ ਹੈ ਜੀ, ਪਹਿਲਾਂ ਅਗਲੇ ਜ਼ਿਆਦਾ ਰੇਟ ਦੱਸਦੇ ਆ, ਫਿਰ ਅਸੀਂ ਘੱਟ ਕਰਵਾਈਦਾ ਜੀ। ਕਿਵੇਂ ਕਹਿੰਦੇ ਹੋ ਮਤਲਬ? ਅਗਲੇ ਨੂੰ ਕਹਦੇ ਤਾਂ ਵੀ ਭਾਈ ਇੰਨਾ ਤੇ ਪੁੱਗਦਾ ਤਾਂ ਦੇ ਜਾਂ, ਨਹੀਂ ਤਾਂ ਨਹੀਂ ਲੈਣਾ ਸੀ। ਅਗਲਾ ਕਈ ਵਾਰੀ ਨਾ ਪਿੱਛੋਂ ਆਵਾਜ਼ ਮਾਰ ਲੈਂਦਾ ਹੈ ਨਾ ਦੁਕਾਨ ਤੇ ਬਾਹਰ, ਕਹਿੰਦੇ ਨਹੀਂ ਬੀਬੀ ਜੀ ਆ ਜਾਓ ਆ ਜਾਓ ਜੀ, ਉਹ ਢੀਟ ਵਾਜੀ ਉਹ ਬੈਠੇ ਰਹਿੰਦੇ, ਉਹਨਾਂ ਨੂੰ ਪਤਾ ਵੀ ਲੈਣੇ ਤਾਂ ਹੈਗੇ ਹੀ ਆ। ਨਹੀਂ ਤੁਹਾਡੀ
ਬਹੁਤ ਚਿਰ ਹੋ ਗਿਆ ਪੁੱਤ। ਮਤਲਬ ਇੱਥੇ ਬੈਠੇ ਜਿੰਨੇ ਵੀ ਜਾਣੇ ਸਭ ਤੋਂ ਸਿਆਣੇ ਤੁਸੀਂ ਮੈਨੂੰ ਲੱਗੇ ਹੋ ਇੱਥੇ। ਹਾਂਜੀ ਤਾਂ ਹੀ ਮੈਂ ਤੁਹਾਨੂੰ ਬਾਅਦ 'ਚ ਬੁਲਾਇਆ। ਹਾਂਜੀ ਅੱਛਾ ਜੀ, ਬਹੁਤ ਚਿਰ ਹੋ ਗਿਆ ਪੁੱਤ ਬੈਠੇ ਜਾਤਾ ਜੀ। ਪਹਿਲਾਂ ਘਰੋਂ ਖੂਹ 'ਤੇ ਗਏ, ਹੁਣ ਖੂਹ ਤੋਂ ਵੀ ਪਤਾ ਨਹੀਂ ਕਿੱਥੇ ਜਾਣਾ। ਬੀਬੀ ਜਾਣਾ ਕਿੱਥੇ ਆ, ਪਿੰਡ ਵਾਲਿਆਂ ਨੇ ਤੁਹਾਨੂੰ ਜਾਣ ਨਹੀਂ ਦੇਣਾ ਕਿਤੇ। ਤੇ ਬੀਬੀ ਜੀ ਕਿੰਨੀਆਂ ਨੂੰਹਾਂ ਨੇ ਆਪਣੀਆਂ? ਦੋ ਆ। ਠੀਕ ਰਹਿੰਦੀਆਂ ਨੇ? ਹਾਂਜੀ ਠੀਕ। ਲੜਦੀਆਂ ਤਾਂ ਨਹੀਂ ਆਪਸ 'ਚ? ਨਹੀਂ ਨਹੀਂ ਲੜਦੀਆਂ ਨਹੀਂ। ਕਿ ਤੁਸੀਂ ਡੰਡੇ 'ਤੇ ਰੱਖੀਆਂ ਹੋਈਆਂ ਨੇ? ਪਹਿਲਾਂ ਤਾਂ ਨੋਕ ਚੁੱਕ ਚੱਲਦੀ ਹੋਣੀ ਹੈ। ਨਹੀਂ ਬੁੱਤ, ਨੋਕ ਟੋਕ ਚੱਲਦੀ ਰਹਿੰਦੀ। ਦੇਖ ਮਿੱਠਾ ਬੋਲੀਏ ਤੇ ਮਿੱਠਾ ਅਗਲਾ ਬੋਲਦਾ ਜੀ। ਬੜੀ ਸਿਆਣੀ ਗੱਲ ਹੈ ਜੀ। ਤੇ ਬੀਬੀ ਜੀ, ਜੇ ਤੁਸੀਂ ਆਪਣੇ ਟਾਈਮ ਨੂੰ ਤੇ ਅੱਜ ਦੇ ਟਾਈਮ ਨੂੰ ਕੰਪੇਅਰ ਕਰੋ ਆਪਸ ਦੇ ਵਿੱਚ, ਮਤਲਬ ਤੁਹਾਡਾ ਟਾਈਮ ਬਹੁਤ ਚੰਗਾ ਸੀ ਪਰ ਹੁਣ ਦਾ ਟਾਈਮ ਕੁਝ ਸਮਾਂ ਖਰਾਬ। ਮਤਲਬ ਤੁਸੀਂ ਜਦੋਂ ਵਿਆਹ ਕੇ ਆਏ ਆਪਣੇ ਸਹੁਰੇ ਘਰ ਆਏ ਸੀਗੇ ਤੇ ਤੁਸੀਂ ਕੰਮ ਕਾਰ ਮਤਲਬ ਕਰਨ ਲੱਗ ਪਏ ਸੀ ਨਾਲ? ਹੋਰ ਨਾਲ ਹੀ ਲੱਗ। ਤੇ ਅੱਜ ਕੱਲ ਦੀਆਂ ਮਤਲਬ ਕੀ ਕਰਦੀਆਂ ਨੇ? ਅੱਜ ਕੱਲ ਦੀਆਂ ਤਾਂ ਕਹਿੰਦੀ ਅਸੀਂ ਮੰਜੇ ਤੇ ਬਹਿ ਜਾਈਏ। ਤੁਸੀਂ ਅੱਜ ਕੱਲ ਦੀਆਂ ਨੂੰਹਾਂ ਨੂੰ ਕੀ ਕਹਿਣਾ ਚਾਹੋਗੇ? ਨਾ ਆਪਾਂ ਕੁਛ ਨੀ ਕਹਿੰਦੇ, ਟਾਈਮ ਕੱਢਣਾ। ਕਹਿੰਦੇ ਜੇ ਮੈਂ ਕੁਛ ਕਹਿ ਤਾਂ ਮੇਰੀਆਂ ਵਾਲੀਆਂ ਮੇਰੇ ਨਾਲ ਲੜਨਗੀਆਂ। ਐਵੇਂ ਪੁੱਤ ਕਹਿ ਕੇ ਕਹਣਾ ਜੇ ਆਪਾਂ ਸਫਾਈ ਨਾ ਕਰੀਏ ਤਾਂ ਫੇਰ ਗੱਲ ਗਲਤ ਆ, ਗੱਲ ਨੀ ਬਣਦੀ। ਹੁਣ ਨੂਹਾਂ ਨੇ ਤੁਹਾਡੀ ਸਾਰੀ ਗੱਲ ਸੁਣ ਲਈ, ਦੇਖਦੇ ਆ ਵੀ ਅੱਗੋਂ ਕੀ ਜਵਾਬ ਦਿੰਦੀਆਂ ਨੇ, ਕੀ ਰਿਐਕਸ਼ਨ ਦਿੰਦੀਆਂ ਨੇ। ਬੀਬੀ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਤੁਸੀਂ ਦਬਕੇ ਨਾਲ ਉਠਾ ਤਾ ਬੀਬੀ ਘਰੇ ਬੈਠੀ ਰਹੇ, ਇੱਥੇ ਨੀ ਆਉਣਾ? ਨਹੀਂ ਨਹੀਂ ਇਦਾਂ ਦੀ ਤਾਂ ਨਹੀਂ, ਗੱਲ ਸੱਚੀ ਨੀ ਹੈਗੀ? ਨਹੀਂ ਨਹੀਂ। ਕਿਵੇਂ ਆਪਣਾ ਪੂਰਾ ਪਿਆਰ ਆ ਸੱਸ ਦੇ ਨਾਲ? ਹਾਂਜੀ ਹਾਂਜੀ, ਜਿੱਦਾਂ ਸਾਡੀਆਂ ਮਾਵਾਂ ਨਾਲ ਹੈਗਾ ਉਦਾਂ ਦਾ ਸੱਸਾਂ ਨਾਲ। ਬੱਲੇ ਬੱਲੇ ਤਾੜੀਆਂ ਮਾਰ ਦੇ ਇੱਕ ਵਾਰੀ ਗੱਲ। ਤੇ ਫਿਰ ਜਦੋਂ ਤੁਸੀਂ ਵਿਆਹ ਕੇ ਆਪਣੇ ਇਸ ਪਿੰਡ ਵਿੱਚ ਆਏ, ਹਾਂਜੀ, ਸ਼ੁਰੂ ਚ ਕਿੱਦਾਂ ਕਿੱਦਾਂ ਪਿਆਰ ਮਿਲਿਆ ਤੇ ਹੁਣ ਕੋਈ ਫਰਕ ਪਿਆ ਕੇ ਉਦਾਂ ਹੀ ਆ? ਨਹੀਂ ਜੀ ਉਦਾਂ ਦਾ ਹੀ ਆ, ਜਿੱਦਾਂ ਦਾ ਸ਼ੁਰੂ ਤੋਂ ਮਿਲਿਆ ਉਦਾਂ ਦਾ ਹੀ ਹੁਣ ਮਿਲਿਆ। ਫਿਰ ਤੁਸੀਂ ਤਾਂ ਬੜੇ ਕਿਸਮਤ ਵਾਲੇ ਹੋ, ਹਾਂਜੀ, ਜਾਂ ਤੁਹਾਡੇ ਸੱਸ ਬੜੇ ਕਿਸਮਤ ਵਾਲੇ ਵੀ ਤੁਹਾਡੀ ਇੰਨੀ ਤਾਰੀਫ ਕਰ ਰਿਹਾ, ਨਹੀਂ ਤਾਂ ਕਿਸੇ ਸੱਸ ਦੀ ਨੂੰ ਐਡੀ ਤਾਰੀਫ ਕਰਦੀ ਸੁਣੀ ਨਹੀਂ ਮੈਂ ਅੱਜ ਤੱਕ। ਨਹੀਂ ਨਹੀਂ, ਜੇ ਹੁਣ ਹੈਗੀ ਤਾਰੀਫ ਦੇ ਲਾਇਕ ਆ ਤਾਂ ਤਾਰੀਫਾਂ ਹੀ ਕਰਨੀਆਂ ਜੀ। ਬਿਲਕੁਲ ਜੀ। ਤੇ ਜਿਵੇਂ ਕੋਈ ਸੂਟ ਸਾਟ ਦੀ ਲੋੜ ਪੈਂਦੀ ਹੈ ਮੰਮੀ ਨਾਲ ਸ਼ੇਅਰ ਕਰਦੇ ਹੋ ਗੱਲ ਫਿਰ? ਹਾਂਜੀ। ਤੇ ਚੁੱਪ ਚਪੀਤੇ ਬਸ ਲੈ ਕੇ ਲਕੋਲ ਕੂ ਕੇ ਰੱਖਦੇ ਨੇ? ਬਾਈ ਟਾਈਮ ਇੱਦਾਂ ਵੀ ਕਰ ਲਈਦਾ, ਬਾਈ ਟਾਈਮ ਪੁੱਛ ਵੀ ਲਈਦਾ ਆ। ਹਾਂਜੀ, ਹਰ ਵਾਰ ਫਿਰ ਸੱਸਾਂ ਥੋੜੀਆਂ ਕਲਪ ਜਾਂਦੀਆਂ ਨਾ ਵੀ ਤੂੰ ਕਿੰਨਾ ਖਰਚਾ ਕਰਾਨੀ ਆ। ਹਾਂਜੀ, ਇੱਦਾਂ ਦਾ ਕਦੀ ਹੋਈ ਆ ਇੱਦਾਂ ਦੀ ਗੱਲ? ਇੱਦਾਂ ਦਾ ਕਹਿ ਦਿੰਦੇ ਆ ਜੀ ਖਰਚਾ, ਪਰ ਖਰਚਾ ਅਸੀਂ ਉਸ ਹਿਸਾਬ ਨਾਲ ਹੀ ਕਰੀਦਾ ਆ ਜਿਹੜਾ ਕਰਦੇ। ਬਤਾਈਏ ਤੁਹਾਡੇ ਹਸਬੰਡ ਨੇ ਉਹ ਕਿਤੇ ਵੱਲ ਹੁੰਦੇ ਜਦੋਂ ਮਾੜੀ ਮੋਟੀ ਨੋਕ ਚੁੱਕ ਹੋ ਜਾਏ? ਉਹ ਸਾਡੇ ਦੋਨਾਂ ਵੱਲ ਉਹ ਚਾਰਾ ਘਰ ਵਾਲਾ ਵਿੱਚ ਫਸ ਜਾਂਦਾ ਨਾ। ਕਿਹੜੀ ਕਿਹੜੀ ਸਬਜ਼ੀ ਬਣਾ ਲੈਂਦੇ? ਅਸੀਂ ਸਾਰੇ ਤਰ੍ਹਾਂ ਦੀਆਂ ਬਣਾ ਲੈਂਦੀਆਂ ਜੀ, ਵੈਜ ਵੀ ਨੋਨ ਵੈਜ ਵੀ। ਹਾਂਜੀ, ਤੇ ਲੈ ਵੇ ਕੀ ਬਾਤ ਹੈ ਜੀ, ਸਵਾਦ ਬਣਾਉਣੋ ਸੱਸ ਤਾਰੀਫ ਕਰਦੀ ਕਿ ਨਹੀਂ? ਹਾਂਜੀ ਕਰਦੇ ਆ, ਨਹੀਂ ਨੋਨ ਵੇਜ ਉਹ ਖਾਂਦੇ ਨਹੀਂ ਹੈਗੇ। ਅੱਛਾ, ਨਹੀਂ ਵੈਸੇ ਖਾਣੇ ਦੀ ਤਾਰੀਫ ਕਰਦੇ? ਹਾਂਜੀ ਖਾਣੇ ਦੀ ਤਾਰੀਫ। ਫਿਰ ਤਾਂ ਸੱਚੀ ਸਵਾਦ ਬਣਾ ਲੈਣੋ ਮੈਨੂੰ ਲੱਗਦਾ, ਕਿਉਂਕਿ ਜੇ ਸੱਸ ਨੇ ਤਾਰੀਫ ਕਰਤੀ ਉਹ ਝੂਠੀ ਨਹੀਂ ਹੋ ਸਕਦੀ। ਹਾਂਜੀ ਹਾਂਜੀ, ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਸੋ ਮਿੱਤਰੋ, ਹੁਣ ਪਹੁੰਚ ਚੁੱਕੇ ਪਿੰਡ ਦੀ ਸੱਸ ਦੇ ਵਿੱਚ, ਗੱਲਾਂ ਬਾਤਾਂ ਦਾ ਦੌਰ ਸਟਾਰਟ ਕਰਦੇ ਹਾਂ ਜੀ ਡਾਕਟਰ ਸਾਹਿਬ ਤੋਂ। ਆ ਜਾਓ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਨੂੰ ਪਹਿਲਾਂ ਇਹ ਦੱਸੋ ਵੀ ਤੁਹਾਨੂੰ ਡਾਕਟਰ ਸਾਹਿਬ ਕਿਉਂ ਕਹਿੰਦੇ ਨੇ? ਅਸੀਂ ਪੜ੍ਹੇ ਲਿਖੇ ਜਾਰੇ ਕਰਕੇ ਆਪਣੇ ਸ਼ੂਗਰ ਦੇ ਮਰੀਜ਼ ਕਰਕੇ ਤਾਂ ਡਾਕਟਰ ਕਹਿੰਦੇ ਆ। ਤੇ ਫਿਰ ਡਾਕਟਰੀ ਕਿੰਨੀ ਚਿਰ ਤੋਂ ਕਰ ਰਹੇ ਹੋ ਪਿੰਡ ਦੇ ਵਿੱਚ? ਨਿੱਕੇ ਹੁੰਦੇ ਤੋਂ ਕਰਦਾ ਮੈਂ ਜੀ। ਅੱਛਾ ਜੀ। ਤੇ ਫਿਰ ਕਿੰਨੇ ਕੁ ਬੰਦੇ ਗੱਡੀ ਚੜੇ ਅੱਜ ਤੱਕ? ਗੱਡੀ ਕੋਈ ਨਹੀਂ ਚੜਿਆ। ਅੱਛਾ ਜੀ, ਠੀਕ ਹੋਏ ਆ ਸਾਰੇ? ਪੱਕੀ ਗੱਲ? ਟੜ ਗਈ। ਫਿਰ ਤਾਂ ਮੈਂ ਕਹਿੰਦਾ ਨਾਲ ਦੇ ਪਿੰਡਾਂ 'ਚ ਵੀ ਜਾਣਦੇ ਹੋਣੇ ਵੀ ਇਸ ਪਿੰਡ 'ਚ ਕੋਈ ਡਾਕਟਰ ਇਹੋ ਜਿਹਾ ਹੈਗਾ ਜਿਹੜਾ ਮੁਰਦੇ ਵੀ ਠਾਲ ਦਿੰਦਾ? ਸਾਰੇ ਆ ਪਿੰਡਾਂ 'ਚ ਜੀ। ਤੇ ਤੁਸੀਂ ਦੱਸਿਆ ਵੀ ਮੈਂ ਬਹੁਤ ਪੜ੍ਹਿਆ ਲਿਖਿਆ, ਹੁਣ ਸਾਨੂੰ ਦੱਸੋ ਵੀ ਕਿੱਥੋਂ ਪੜ੍ਹੇ ਹੋ ਤੁਸੀਂ? ਛੋਟੇ, ਮੈਂ ਅਮਰੀਕਾ ਤੋਂ ਪੜ੍ਹ ਕੇ ਆਇਆ ਸੀ। ਅੱਛਾ ਜੀ। ਹਾਂ, ਵੀਜ਼ਾ ਲੱਗ ਗਿਆ ਸੀ ਅਮਰੀਕਾ ਦਾ? ਖੋਲ੍ਹ ਲਓ। ਤੇ ਫਿਰ ਤਾਂ ਹੁਣ ਵੀ ਗੇੜੇ ਲੱਗਦੇ ਹੋਣੇ? ਹਾਂਜੀ ਹਾਂਜੀ ਹਾਂਜੀ। ਬਾਹਰੋਂ ਡਾਕਟਰ ਕਈ ਵਾਰੀ ਬੁਲਾ ਲੈਂਦੇ ਹੋਣੇ ਨਾ ਵੀ ਯਾਰ ਕੋਈ ਮਰੀਜ਼ ਠੀਕ ਕਰਨਾ ਜਾਂ ਕਿਵੇਂ ਆ? ਕਈਆਂ ਨੇ ਬੁਲਾਇਆ ਆਪਾਂ ਨੂੰ ਅਮਰੀਕਾ ਕੈਨੇਡਾ। ਫੀਸ ਫੂਸ ਕਿੰਨੀ ਕੁ ਲੈਂਦੇ ਹੋ ਜਾਣ ਦੀ? ਫ੍ਰੀ ਹੀ ਕਰ ਰਹੇ ਹਾਂ ਅਸੀਂ ਜੁੜੇ। ਕਾਰ ਸੇਵਾ ਕਰਦੇ ਹੋ? ਭਾਵੇਂ ਇੰਡੀਆ ਭਾਵੇਂ ਅਮਰੀਕਾ। ਹਾਂ, ਕਿਤੇ ਵੀ ਹੋਵੇ। ਵਧੀਆ ਗੱਲ ਆ ਜੀ, ਇੰਨੀ ਸੇਵਾ ਭਾਵਨਾ ਤੁਹਾਡੇ ਵਿੱਚ ਮੈਨੂੰ ਦੇਖ ਕੇ ਸੱਚੀ ਬਹੁਤ ਵਧੀਆ ਲੱਗਿਆ ਜੀ। ਤੇ ਰੱਬ ਤੁਹਾਨੂੰ ਚੜ੍ਹਦੀਆਂ ਕਲਾ ਰੱਖੇ, ਤੁਹਾਡੀ ਸਿਹਤ ਨੂੰ ਮੈਂ ਕਹਿੰਦਾ ਹੋਰ ਤੰਦਰੁਸਤ ਕਰੇ। ਕੀ ਗੱਲ, ਮਤਲਬ ਰਨਿੰਗ ਰੁਨਿੰਗ ਵੀ ਕਰਦੇ ਹੋ, ਭੱਜਦੇ ਹੋ? ਹਾਂਜੀ, ਭੱਜਦੇ ਵੀ ਬਹੁਤ ਆ। ਕਿੱਦਾਂ, ਮਤਲਬ
ਬਦੌਲ ਗਰਾਊਂਡ ਦੇ ਵਿੱਚ। ਅੱਛਾ ਮੈਂ ਕਿ ਤੁਹਾਡਾ ਭਜਾਈ ਜਾਂਦੇ ਹੋ ਕਿੱਥੋਂ। ਚਲੋ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਮਾਲਕ ਕਰੇ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਮਾਲਕ, ਅਤੇ ਤੁਸੀਂ ਇੱਦਾਂ ਹੀ ਲੋਕਾਂ ਦੀ ਬਿਮਾਰੀਆਂ ਠੀਕ ਕਰਦੇ ਰਹੋ, ਸਾਰਿਆਂ ਨੂੰ ਹਸਾਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਓਕੇ ਸਤਿ ਸ਼੍ਰੀ ਅਕਾਲ। ਅਤੇ ਹੋਰ ਸੁਣਾਓ, ਕਾਰੋਬਾਰ ਸਹੀ ਚੱਲ ਰਿਹਾ? ਠੀਕ ਠਾਕ ਜੀ, ਬਹੁਤ ਵਧੀਆ। ਅਤੇ ਘਰ ਪਰਿਵਾਰ 'ਚ ਕੌਣ ਆ ਜੀ ਆਪਣੇ? ਤਿੰਨ ਬੇਟੀਆਂ ਇੱਕ ਬੇਟਾ ਜੀ। ਠੀਕ ਹੈ ਜੀ। ਅਤੇ ਘਰ 'ਚ ਭਾਜੀ ਸਭ ਤੋਂ ਵੱਧ ਦਬਕਾ ਕਿਹੜਾ ਚੱਲਦਾ? ਦਬਕਾ ਸਾਰਿਆਂ ਨਾਲ ਚੱਲਦਾ ਜੀ ਅੱਜ ਕੱਲ੍ਹ, ਸਾਰੇ ਹੱਸਣ ਲੱਗ ਪਏ ਦੇਖੋ। ਹਾਂਜੀ, ਤੁਹਾਡੇ ਦਿਲ 'ਚ ਜਿਹੜੀ ਗੱਲ ਆ ਉਹ ਸਾਨੂੰ ਖੁੱਲ੍ਹ ਕੇ ਦੱਸੋ ਵੀ ਸੱਚੀ ਕਿਹਦਾ ਦਬਕਾ ਚੱਲਦਾ ਸਭ ਤੋਂ ਵੱਧ? ਸਾਡੇ ਬਾਪੂ ਦਾ। ਬਾਪੂ ਜੀ ਚੱਲਦਾ ਜੀ। ਅਤੇ ਛੋਟੇ ਟਾਈਮ ਛੋਟੇ ਹੁੰਦੇ ਆ ਕੁੱਟ ਕੱਟ ਪਈ ਕਿ ਨਹੀਂ? ਪੈਂਦੀ ਰਹੀ ਹੈ ਜੀ। ਸਭ ਤੋਂ ਵੱਧ ਕਿਹੜੇ ਕੰਮਾਂ ਤੋਂ ਪੈਂਦੀ ਰਹੀ ਹੈ? ਸਕੂਲ 'ਚ ਹੀ ਪਈ ਆ ਸਾਡਾ ਜੀ। ਕੋਈ ਦੱਸੋ ਇਹੋ ਜਿਹੀ ਕਹਾਣੀ ਜਦੋਂ ਤੁਹਾਨੂੰ ਹੁਣ ਤੱਕ ਯਾਦ ਰਵੇ ਮੈਨੂੰ ਵੀ ਉਹ ਕੁੱਟ ਪਈ ਸੀ ਉਦੋਂ? ਬਸ ਸਕੂਲੇ ਖਾਂਦੇ ਨੇ ਕੁੱਟਦਾ ਜੁੱਦਾ ਤਾਂ ਕਦੇ ਖਾਧੀ ਨਾ, ਕਿ ਨਾ ਲੜੀ ਅੱਜ ਤੱਕ। ਉੱਦਾਂ ਮਤਲਬ ਸ਼ਰੀਫ ਹੀ ਰਹੇ ਹੋ ਤੁਸੀਂ? ਸ਼ਰੀਫ ਹੀ ਰਹੇ। ਸੋ ਹੁਣ ਆਪਣੇ ਨਾਲ ਖੜੇ ਨੇ ਜੀ ਦਾ ਕੈਨੇਡੀਅਨ ਮੈਨ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ ਜੀ। ਕੀ ਨਾਮ ਹੈ ਜੀ ਆਪਣਾ? ਨਾਜਰ ਸਿੰਘ। ਨਾਜਰ ਸਿੰਘ ਜੀ ਪੱਕੇ ਕੈਨੇਡਾ ਵਾਲੇ? ਹਾਂ ਜੀ ਹਾਂ ਜੀ। ਤੇ ਫਿਰ ਕਦੋਂ ਟੂਰ ਲੱਗੇ ਆਏ ਹੋ? ਬਸ ਆਪਣੇ ਹਫ਼ਤਾ ਹੀ ਹੋਇਆ। ਅੱਛਾ, ਕਿੱਦਾਂ ਮੌਸਮ ਸੀਗਾ ਉੱਥੇ? ਬਹੁਤ ਵਧੀਆ ਮੌਸਮ ਆ। ਵਾਪਸ ਆਉਣ ਦਾ ਦਿਲ ਤਾਂ ਨਹੀਂ ਕਰਦਾ? ਆਉਣ ਦਾ ਨਹੀਂ ਕਰਦਾ, ਆਉਣਾ ਪੈਂਦਾ, ਕੀ ਕਰੀਏ ਕੀ ਕਰੀਏ। ਮੈਂ ਇੱਥੇ ਤਾਂ ਫੁੱਫੜਾ, ਮੈਂ ਤੁਹਾਡੀ ਭੂਆ ਨਹੀਂ ਇਹਨੇ ਟਿਕਣ ਦਿੰਦੀ ਮੈਨੂੰ, ਮੈਂ ਤਾਂ ਆਉਣਾ ਤੱਕ ਚਾਹੁੰਦਾ ਨਾ ਸੀ। ਫਿਰ ਤੁਸੀਂ ਭੂਆ ਨੂੰ ਵੀ ਨਾਲ ਲੈ ਜਾਓ ਨਾਲ ਗਏ ਸੀ, ਮੈਂ ਛੱਡ ਕੇ ਆ ਗਏ। ਕਿਉਂ? ਲੋਕਾਂ ਦੀਆਂ ਤੀਵੀਆਂ ਲਈ ਜਾਂਦੀਆਂ, ਮੈਨੂੰ ਪਾਰਟੀ ਦੀ ਛੱਡ ਕੇ ਆ ਗਈ। ਲੋਕਾਂ ਦੇ ਬੰਦੇ ਛੱਡ ਦੇ, ਕੀ ਲੱਖਾਂ ਰੁਪਏ ਖਰਚ ਦਿੰਦੇ ਵੀ ਕੁੜੀ ਸਾਨੂੰ ਬਾਹਰ ਲੈ ਕੇ ਜਾਵੇ, ਤੁਹਾਡੇ ਵਾਲੀ ਤੁਹਾਨੂੰ ਉੱਥੋਂ ਇੱਥੇ ਉਹ ਛੱਡ ਕੇ ਆ ਗਈ। ਫਿਰ ਮਗਰ ਆਉਣਾ ਪਿਆ, ਕੀ ਕਰੀਏ? ਕੋਈ ਨਾ, ਤੁਸੀਂ ਅਗਲੀ ਵਾਰ ਐਂ ਕਰਿਓ, ਅੱਖਾਂ ਤੇ ਪੱਟੀ ਬੰਨ ਕੇ ਲੈ ਜਾਓ। ਉਹ ਮਜਬੂਰੀ ਹੈ ਨਾ, ਕੀ ਕਰੀਏ ਹੁਣ? ਠੀਕ ਹੈ, ਤੁਸੀਂ ਆਹ ਜਿਹੜੀ ਸੰਗਤ ਬੈਠੀ ਹੈ ਉਹਨਾਂ ਦੇ ਹੱਕ 'ਚ ਬੋਲਦੀ ਸਾਰੀ? ਅੱਛਾ, ਮਤਲਬ ਮੇਰੀ ਕੋਈ ਮੰਨਦਾ ਹੀ ਨਹੀਂ ਕੋਈ? ਤੁਹਾਡੇ ਹੱਕ, ਤੁਹਾਡਾ ਹੱਕਦਾਰ ਕੋਈ ਹੈ ਨਹੀਂ? ਹੱਕ ਸਾਰੇ ਉਹ ਨਹੀਂ ਮੰਨਦੇ ਆ। ਫਿਰ ਤਾਂ ਪਿੰਡ ਵਾਲੇ, ਉਹ ਗਲਤ ਗੱਲ ਆ ਤੁਹਾਡੇ ਲਈ। ਉਪਰੀ ਮੈਨੂੰ ਮੰਨਦੇ ਇਹ? ਅੱਛਾ, ਅਸਲ ਭੂਆ ਨੂੰ ਉਹਨੂੰ ਮੰਨਦੇ, ਫੁੱਫੜ ਬਹੁਤ ਘੱਟ ਮੰਨਦੇ ਆ। ਠੀਕ ਆ, ਆਹ ਗੱਲ ਹੈ ਜੀ। ਤੇ ਕਿੱਦਾਂ ਬਾਪੂ ਜੀ, ਉੱਥੇ ਕੌਣ ਰਹਿੰਦਾ ਆਪਣਾ? ਉੱਥੇ ਮੇਰੇ ਬੇਟੀ ਰਹਿੰਦੀ ਆ ਜੀ, ਦੋਤੀ ਰਹਿੰਦੇ ਆ। ਠੀਕ ਆ ਜੀ। ਬਸ ਭੂਆ ਨੂੰ ਮਨਾਉਣਾ ਰਹਿ ਗਿਆ, ਬਾਕੀ ਤਾਂ ਸਾਰੇ ਮੰਨੇ ਹੀ ਪਏ। ਸਾਰੇ ਮੰਨੇ ਹੋ ਆ, ਇਹ ਮੰਨ ਗਏ ਤਾਂ ਭੂਆ ਮੰਨ ਗਏ, ਪਰ ਇਹ ਨਹੀਂ ਪਹਿਲਾਂ ਮੰਨਦੇ ਇਹਨਾਂ ਨੂੰ, ਕੋਈ ਨਹੀਂ ਹੁਣ ਮਨਾ ਲੈ। ਪਹਿਲਾਂ ਦੱਸੋ ਵੀ ਤੁਹਾਡੇ ਵਿਆਹ ਨੂੰ ਕਿੰਨਾ ਕੁ ਟਾਈਮ ਹੋ ਗਿਆ? ਮੇਰੇ ਵਿਆਹ ਨੂੰ ਹੋ ਗਿਆ ਜੀ 79 ਦਾ ਹੋਇਆ। ਅੱਛਾ, ਤੇ ਕੁੱਲ ਮਿਲਾ ਕੇ ਦੱਸੋ ਵੀ ਕਿੰਨੇ ਸਾਲ ਹੋ ਗਏ? ਮੈਂ ਕਿਹਾ 50 ਕਿਤੇ ਕਿਤੇ ਘੰਟਾ ਹੋ ਗਿਆ ਹੋਣਾ, ਮਤਲਬ ਹੋ ਗਈ ਹਾਫ ਸੈਂਚਰੀ। ਤੇ ਭੂਆ ਜੀ ਹਲੇ ਵੀ ਨਹੀਂ ਗੱਲ ਮੰਨਦੇ, ਮੈਨੂੰ ਚੱਕਰ ਨਹੀਂ ਸਮਝ ਆ। ਉਹ ਗੱਲ ਤੇ ਮਨਾਉਣ ਵਾਲੇ ਨਹੀਂ ਮੰਨਣ ਦਿੰਦੇ, ਭੂਆ ਤਾਂ ਮੰਨ ਜਾਊਗੀ। ਅੱਛਾ ਜੀ, ਇਹ ਜਿਹੜੇ ਮੰਨਣ ਵਾਲੇ ਬੈਠੇ ਨਹੀਂ ਮੰਨਣ ਦਿੰਦੇ? ਕੋਈ ਗੱਲ ਨਹੀਂ ਫੁੱਫੜ ਜੀ, ਜੇ ਭੂਆ ਜੀ ਤੁਹਾਡੀ ਗੱਲ ਨਹੀਂ ਮੰਨਦੇ ਆਪਾਂ ਰਿਕੁਐਸਟ ਕਰ ਦਈਏ ਆਪਣੇ। ਬੜਾ ਤੁਹਾਡਾ ਧੰਨਵਾਦ ਹੋਊਗਾ ਜੇ ਤੁਸੀਂ ਰਿਕੁਐਸਟ ਕਰਕੇ ਮੇਰੇ। ਹਲੋ ਜੀ, ਹੁਣੇ ਮੇਰਾ ਮਸਲਾ ਹੁਣੇ ਕਰਦਾ ਜੀ। ਤੇ ਭੂਆ ਜੀ ਤੁਹਾਨੂੰ ਰਿਕੁਐਸਟ ਕਰਦੇ ਹਾਂ ਜੀ, ਜੇ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਤਾਂ ਫੁੱਫੜ ਜੀ ਦੀ ਗੱਲ ਪਲੀਜ਼ ਜ਼ਰੂਰ ਮੰਨ ਲਓ। ਹੁਣ ਤਾਂ ਵਿਆਹ ਨੂੰ 50 ਸਾਲ ਵੀ ਹੋ ਗਏ ਨੇ, ਸਾਰਾ ਪਿੰਡ ਗਵਾਹੀ ਭਰਦਾ ਵੀ ਭੂਆ ਜੀ ਗੱਲ ਨਹੀਂ ਮੰਨਦੇ ਫੁੱਫੜ ਜੀ ਦੀ। ਚੰਗਾ ਜੀ। ਸੋ ਹੁਣ ਸਾਡੇ ਨਾਲ ਭਾਜੀ ਆਏ ਨੇ ਜੀ, ਆਹ ਵਾਲੇ ਲਾਲ ਟੀ ਸ਼ਰਟ ਵਾਲੇ, ਇਹ ਆਏ ਨੇ ਸਪੈਸ਼ਲ ਨਿਊਜ਼ੀਲੈਂਡ ਤੋਂ, ਤੇ ਆਹ ਬਾਈ ਆਏ ਨੇ ਜੀ ਪਾਕਿਸਤਾਨ ਤੋਂ। ਨਾ ਕਰੋ ਬਾਈ, ਕਾਹਨੂੰ ਅੜਾਉਣਾ ਲਿਆ ਮੈਨੂੰ? ਤੁਸੀਂ ਇੱਥੋਂ ਹੀ ਹੋ ਵੀਰੇ? ਹਾਂਜੀ ਬਾਜੀ, ਅਸੀਂ ਇੱਥੇ ਹਾਂ। ਜੱਦੀ ਪਤਾ ਨਹੀਂ ਕਿਹਨੇ ਕਹਿਤਾ, ਕਹਿੰਦਾ ਬਾਈ ਪਾਕਿਸਤਾਨ ਤੋਂ। ਲੈ ਤਾਂ ਐਵੇਂ ਜੀ ਜਲਦੇ ਨੇ, ਜਲਦੇ ਨੇ ਨਾ। ਹਾਂਜੀ ਹਾਂਜੀ। ਤੇ ਹੋਰ ਵੀਰੇ ਕੀ ਨਾਮ ਆਪਣਾ? ਬਸ ਜੀ ਮੇਰਾ ਨਾਮ ਕਰਨ। ਕਰਨ ਜੀ, ਕੀ ਕਰਦੇ ਹੋ ਵੀਰੇ ਇੱਥੇ? ਮੈਂ ਜੀ ਸਟੱਡੀ ਕਰਦਾ ਜੀ। ਸਟੱਡੀ ਕਰਦਾ? ਤੇ ਤੁਸੀਂ ਵੀਰੇ ਨਿਊਜ਼ੀਲੈਂਡ ਤੋਂ ਇੱਥੇ ਕਿੱਦਾਂ? ਮਤਲਬ ਬਸ ਬਾਜੀ, ਉੱਥੇ ਦਾ ਮਾਹੌਲ ਨਹੀਂ ਵਧੀਆ ਲੱਗਾ ਆਪਾਂ ਨੂੰ। ਕਿਉਂ, ਕਿਹੜੀ ਗੱਲ ਨਹੀਂ ਵਧੀਆ ਲੱਗੀ? ਬਸ ਕੁੜੀਆਂ ਬਾਜੀ ਬਹੁਤ ਔਖੇਬਾਜ਼ ਨੇ, ਮੈਨੂੰ ਵੀ ਧੋਖਾ ਮਿਲਿਆ ਆਪਾਂ ਇੱਧਰ ਆ ਗਏ। ਹੁਣ ਧਿਆਨ ਰੱਖਿਓ, ਇੱਥੇ ਨਾ ਧੋਖਾ ਮਿਲ ਜੇ, ਫਿਰ ਇਸ ਤੋਂ ਬਾਅਦ ਜਾਣ ਨੂੰ ਜਗ੍ਹਾ ਨਹੀਂ ਮਿਲਣੀ ਕੋਈ। ਆਪਾਂ ਕੋਈ ਕੰਮ ਹੀ ਨਹੀਂ ਉਦਾਂ ਦਾ ਕਰਨਾ। ਤੇ ਫਿਰ ਇੱਥੇ ਕੀ ਕਰਨਾ ਇਹੋ ਜਿਹਾ ਕੰਮ ਵੀ ਧੋਖਾ? ਇੱਥੇ ਬਸ ਹੁਣ ਆਪਣਾ ਕੋਈ ਕੰਮ ਖੋਲਦੇ ਹਾਂ। ਖੋਲੋ ਖੋਲੋ ਕੰਮ। ਹਾਂਜੀ, ਕੀ ਮੂਡ ਆ, ਮਤਲਬ ਕੀ ਕੰਮ ਕਰਨ ਦਾ ਮੂਡ? ਕੰਮ ਬਸ ਡਰਾਈਵਰੀ ਡਰੂਵਰੀ। ਡਰਾਈਵਰੀ ਕਰ ਲੈਂਦੇ ਹੋ? ਹਾਂਜੀ। ਮਤਲਬ ਕਿਹੜੀਆਂ ਕਿਹੜੀਆਂ ਚੀਜ਼ਾਂ ਚਲਾਈਆਂ ਅੱਜ ਤੱਕ? ਬਸ ਬਾਈ ਕਾਰ, ਛੋਟੀ ਕਾਰ ਚਲਾ ਲਈ ਦੀ ਆ। ਵੱਡੀ? ਵੱਡੀ ਨੂੰ ਹੱਥ ਖੋਲ ਲਵਾਂਗੇ ਹੌਲੀ ਹੌਲੀ। ਠੀਕ ਆ ਠੀਕ ਆ। ਹਾਂਜੀ, ਚੰਗੀ ਤਰ੍ਹਾਂ ਪ੍ਰੈਕਟਿਸ ਕਰਕੇ ਚਲਾਉਣੀ ਹੈ। ਠੀਕ ਹੈ? ਹਾਂਜੀ ਹਾਂਜੀ, ਐਨ ਪੂਰੀ ਤਰ੍ਹਾਂ। ਮੈਂ ਕਹਿੰਦਾ ਕੋਈ ਵੱਧ ਘੱਟ ਗੱਲ ਹੋ ਜਾਏ ਨਾ, ਪੱਟੇ ਬਹੁਤ ਪੈਂਦੇ ਨੇ। ਨਹੀਂ, ਪਟਿਆਂ ਵਾਲਾ ਆਪਾਂ ਕੰਮ ਹੀ ਨਹੀਂ ਕਰਨਾ। ਠੀਕ ਹੈ ਵੀਰੇ। ਤੇ ਪੜ੍ਹੇ ਲਿਖੇ ਕਿੰਨਾ ਤੁਸੀਂ? ਬਸ ਭਾਜੀ 12 ਕੀਤੀਆਂ। 12 ਕੀਤੀਆਂ? ਹਾਂਜੀ। ਉਸ ਤੋਂ ਬਾਅਦ? ਉਸ ਤੋਂ ਬਾਅਦ ਬਸ, ਉਸ ਤੋਂ ਬਾਅਦ ਹੱਥ ਖੜੇ ਹੋ ਗਏ ਨੇ। ਉਸ ਤੋਂ ਬਾਅਦ ਹੱਥ ਖੜੇ ਹੋ ਜਾਂਦੇ ਆ। ਆਪਾਂ ਕਿੰਨਾ ਕੁ ਬਣਿਆ ਜੀ? ਮੈਂ ਜੀ ਪੋਸਟ ਗ੍ਰੈਜੂਏਸ਼ਨ ਕਰਦੇ ਪਏ ਹਾਂ। ਕਰਦੇ ਪਏ ਹੋ? ਕਿੰਨਾ ਚੱਲਦੀ ਕਾਲਜ? ਬਹੁਤ ਵਧੀਆ ਜੀ, ਬਹੁਤ ਵਧੀਆ। ਕਾਲਜ ਲਾਈਫ ਵਰਗੀ ਕੋਈ ਲਾਈਫ ਹੈ ਨਹੀਂ ਗੀ। ਸਹੀ ਗੱਲ ਹੈ ਵੀਰੇ। ਹਾਂਜੀ ਹਾਂਜੀ। ਅਸੀਂ ਇਹੀ ਉਮੀਦ ਕਰਦੇ ਹਾਂ ਵੀ ਤੁਸੀਂ ਦੋਨੋਂ ਆਪਣੇ
ਪਾਸ ਮਾਲਕ ਚੜ੍ਹਦੀ ਕਲਾ ਰੱਖੇ। ਤੇ ਹੋਰ ਸੁਣਾਓ ਵੀਰੇ, ਵਿਆਹੇ ਹੋਏ ਤੁਸੀਂ? ਨਹੀਂ ਹਜੇ ਨਹੀਂ ਬਾਈ, ਮਤਲਬ ਹਾਲੇ ਨੰਬਰ ਲੱਗਣਾ। ਨਹੀਂ ਏਦਾਂ ਹੀ ਲੱਗਦਾ ਨਹੀਂ ਰਹਿੰਦਾ। ਨਹੀਂ ਨਹੀਂ ਲੱਗਦਾ ਜਾਊਗਾ, ਐਡੀ ਕੋਈ ਗੱਲ ਨਹੀਂ, ਸੋਹਣੇ ਸੁਣੱਖੇ ਤੁਸੀਂ ਸਰਦਾਰ ਬੰਦੇ ਹੋ। ਤੇ ਕਿੱਦਾਂ ਜੀ ਘਰ ਵਾਲੀ ਭਾਲਦੇ ਹੋ? ਮਤਲਬ ਬਸ ਗੁਰਸਿੱਖ ਜੀ। ਤੇ ਉੱਦਾਂ ਨੇਚਰ ਕਿੱਦਾਂ ਦਾ ਹੋਵੇ? ਮਤਲਬ ਵਧੀਆ, ਇੱਦਾਂ ਘਰੇਲੂ ਘਰੇਲੂ ਹੋਵੇ, ਹੈ ਨਾ, ਪੜ੍ਹੇ ਲਿਖੇ। ਤੇ ਤੁਸੀਂ ਵੀਰੇ ਵਿਆਹ ਹੋ ਗਿਆ ਆਪਣਾ? ਹਾਂਜੀ ਜੀ। ਤੇ ਕਿੱਦਾਂ ਚੱਲ ਰਿਹਾ ਗ੍ਰਸਥੀ ਜੀਵਨ? ਵਧੀਆ ਜੀ, ਬਹੁਤ ਵਧੀਆ ਚੱਲ ਰਿਹਾ। ਵਧੀਆ ਚੱਲਦਾ? ਹਾਂਜੀ। ਨੋਕ ਚੁੱਕ ਤਾਂ ਨਹੀਂ ਹੁੰਦੀ ਹਲੇ? ਨਹੀਂ ਜੀ, ਹਜੇ ਨਹੀਂ ਹੁੰਦੀ। ਹਲੇ ਨਵਾਂ ਨਵਾਂ ਹੋਇਆ ਹੋਣਾ ਤਾਂ ਨਹੀਂ ਹੁੰਦੀ? ਹਾਂਜੀ, ਨਹੀਂ ਨਵਾਂ ਵੀ ਨਹੀਂ ਹੈ ਕਹਿ ਸਕਦੇ, ਪਰ ਠੀਕ ਆ। ਚਲੋ ਵਧੀਆ ਜੀ, ਮਾਲਕ ਚੜ੍ਹਦੀ ਕਲਾਂ 'ਚ ਰੱਖਿਆ ਵੀਰੇ। ਸੋ ਇਹ ਸੀ ਪਿੰਡ ਜਿੰਦੋਵਾਲ ਦੀ ਟੌਰ, ਪਿੰਡ ਘੁੰਮ ਕੇ ਬਹੁਤ ਨਜ਼ਾਰਾ ਆਇਆ ਜੀ, ਤੇ ਉਮੀਦ ਕਰਦੇ ਵੀ ਤੁਹਾਨੂੰ ਵੀ ਨਜ਼ਾਰਾ ਆਇਆ ਹੋਣਾ। ਸੋ ਆਪਾਂ ਅਗਲੀ ਵਾਰ ਜਲਦੀ ਮਿਲਾਂਗੇ ਨਵੇਂ ਪਿੰਡ ਨਵੀਂ ਟੌਹਰ ਦੇ ਨਾਲ। ਉਦੋਂ ਤੱਕ ਮੈਨੂੰ ਯਾਨੀ ਗਗਨਦੀਪ ਸਿੰਘ ਨੂੰ ਤੇ ਮੇਰੀ ਸਾਰੀ ਟੀਮ ਨੂੰ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹੋ ਜੀ ਚੜ੍ਹਦੀ ਕਲਾ ਟਾਈਮ ਟੀਵੀ। ਸਤਿ ਸ੍ਰੀ ਅਕਾਲ ਜੀ।